ਹੈਲੋ ਫਰੈਂਡਸ ਆਪਜੀ ਦਾ ਸਾਡੇ YouTube ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ। ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇੱਕ ਹੋਰ ਲੇਟੈਸਟ ਅਪਡੇਟ ਲੈ ਕੇ ਆਏ ਹਾਂ ਜੋ ਕਿ ਹੈ ਪੀਪੀਐਸਸੀ ਦੇ ਰਿਗਾਰਡਿੰਗ। ਮੀਨ ਟੂ ਸੇ ਪਬਲਿਕ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਰਿਗਾਰਡਿੰਗ ਹੈ ਜੀ। ਇਹਦੇ ਵਿੱਚ 585 ਪੋਸਟਾਂ ਨਿਕਲੀਆਂ ਪੋਸਟਾਂ ਕਿਹੜੀਆਂ ਤੇ ਪੂਰਾ ਇਹਦੇ ਵਿੱਚ ਤੁਹਾਨੂੰ ਇਹ ਡਿਟੇਲ ਪੂਰਾ ਇਹਨਾਂ ਦਾ ਪਬਲਿਕ ਨੋਟਿਸ ਹੈ, ਐਡਵਰਟਾਈਜ਼ਮੈਂਟ ਐਕਸਪਲੇਨ ਕਰੂੰਗਾ ਤੁਸੀਂ ਦੇਖ ਸਕਦੇ ਹੋ। The PPSC invites online application form from eligible candidates for recruitment of 585 ਪੋਸਟ ਆਫ ਜੂਨੀਅਰ ਇੰਜੀਨੀਅਰਸ ਠੀਕ ਹੈ ਜੂਨੀਅਰ ਇੰਜੀਨੀਅਰ ਦੀਆਂ ਪੋਸਟਾਂ ਹੈ ਸਿਵਲ ਦੀਆਂ ਇਨ ਡਿਪਾਰਟਮੈਂਟ ਆਫ ਵਾਟਰ ਰਿਸੋਰਸਸ ਠੀਕ ਹੈ ਜੀ ਵਾਟਰ ਰਿਸੋਰਸਸ ਗਵਰਨਮੈਂਟ ਆਫ ਪੰਜਾਬ ਦੀਆਂ ਪੋਸਟਾਂ ਹੈ ਸੋ ਇਹ ਤਾਂ ਦੱਸਿਆ ਹੋਇਆ ਹੈ ਐਡਵਰਟਾਈਜ਼ਮੈਂਟ ਨੰਬਰ ਜੋ ਤੁਹਾਡੇ ਸਾਹਮਣੇ ਡਿਸਪਲੇ ਹੋ ਰਿਹਾ ਉਸ ਦੇ ਅਕੋਰਡਿੰਗ ਹੈ ਰਿਜ਼ਰਵੇਸ਼ਨ ਆਫ ਥੀਸ ਪੋਸਟ ਕਿੱਦਾਂ 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 ਡਿਵਾਈਡ ਕੀਤੀਆਂ ਗਈਆਂ ਸਾਰਾ ਦੱਸਿਆ ਹੋਇਆ ਠੀਕ ਹੈ ਜੀ ਟੋਟਲ ਇਹਦੇ ਵੀ ਦੱਸਿਆ ਹੋਇਆ ਜਰਨਲ ਦੀਆਂ 223 ਹੈ ਉਸ ਤੋਂ ਬਾਅਦ ਇੱਕ ਸਰਵਿਸਮੈਨ 46 ਦੱਸੀਆਂ ਹੋਈਆਂ ਫਰੀडम ਠੀਕ ਹੈ ਜੀ ਫਾਈਟਰਸ ਉਹਨਾਂ ਦੇ ਪੰਜਾਬ ਦੀ ਉਹਨਾਂ ਨੇ ਦੱਸੀਆਂ ਹੋਈਆਂ ਠੀਕ ਹੈ ਜੀ ਅਪ ਟੂ 7 ਤੁਸੀਂ ਦੇਖ ਸਕਦੇ ਹੋ ਐਸਸੀ ਦੀਆਂ ਠੀਕ ਹੈ ਜੀ 55 ਹੈ ਉਸ ਤੋਂ ਬਾਅਦ ਐਸਸੀ ਐਕ ਸਰਵਿਸਮੈਨ ਦੀਆਂ 12 ਐ ਸਪੋਰਟਸ ਵਾਲਿਆਂ ਦੀਆਂ 3 ਐ ਬਾਲਮਿਕੀ ਮਰਜ਼ੀ ਵੀ ਜਿਹੜੇ ਸਿੱਖ ਹੈਗੇ ਉਹਨਾਂ ਦੀਆਂ 58 ਦਨ ਸੌਨ ਬੈਕਵਾਰਡ ਕਲਾਸਸ ਦੀ ਗੱਲ ਕਰੀਏ 12 ਐ ਤੇ ای ਡਬਲਯੂ ਐਸ ਵਾਲੀ ਆਉਂਦੀਆਂ 57 ਟੋਟਲ ਕਰਦੀ ਹੈ ਤਾਂ ਸਾਡੇ ਕੋਲ 100 ਟੋਟਲ 585 ਬਣਦੀਆਂ ਇਹਨਾਂ ਸਾਰਿਆਂ ਨੂੰ ਐਡ ਕਰਕੇ ਜਿਹੜੀਆਂ ਆਪਾਂ ਇੱਥੇ ਸਾਰੀਆਂ ਪੋਸਟਾਂ ਦੇਖੀਆਂ ਇਹ ਤਾਂ ਸੀ ਪੋਸਟਾਂ ਨੈਕਸਟ ਆਪਾਂ ਦੇਖਦੇ ਆ ਜੀ ਸਪੇਸ ਸਕੇਲ ਕਿੰਨਾ ਜੀ 35400 ਕੁਆਲੀਫਿਕੇਸ਼ਨ ਦੀ ਗੱਲ ਕਰੀਏ ਕੁਆਲੀਫਿਕੇਸ਼ਨ ਦੱਸਿਆ ਹੋਇਆ ਤੁਹਾਡਾ 3 ਇਅਰ ਦਾ ਜੂਨੀਅਰ ਇੰਜੀਨੀਅਰਿੰਗ ਡਿਪਲੋਮਾ ਹੋਣਾ ਚਾਹੀਦਾ ਹੈ ਠੀਕ ਹੈ ਜੀ ਫਰੋਮ ਅ ਸਟੇਟ ਆਫ ਟੈਕਨੀਕਲ ਐਜੂਕੇਸ਼ਨ ਬੋਰਡ ਔਰ ਕੋਈ ਰਿਕੋਗਨਾਈਜ਼ ਯੂਨੀਵਰਸਿਟੀ ਇੰਸਟੀਟਿਊਸ਼ਨ ਹੋਵੇ ਉਸ ਤੋਂ ਬਾਅਦ ਇਹ ਤਾਂ ਸਿ ਪਹਿਲੀ ਕੰਡੀਸ਼ਨ ਦੂਸਰਾ ਦੱਸਿਆ ਸੈਕੰਡ ਪੁਆਇੰਟ ਇਨਾਂ ਦੇ ਦਾ ਕੈਂਡੀਡੇਟ ਪੋਸਸੈਸ ਹਾਇਰ ਕੁਆਲੀਫਿਕੇਸ਼ਨ ਟਰਮਸ ਆਫ ਡਿਗਰੀ ਮਾਸਟਰਸ ਇਨ ਇੰਜੀਨੀਅਰ ਉਹ ਵੀ ਬੱਚੇ ਐਲੀਜੀਬਲ ਹੈਗੇ ਆ ਠੀਕ ਹੈ ਜੀ ਅਤੇ ਲਾਸਟ ਵੀ 10 ਸੇ ਖਿਆ ਪੰਜਾਬੀ ਟਾਡੀ ਕੰਪਲਸਰੀ ਹੈ ਅਗਰ ਹੋਈ ਪੰਜਾਬੀ ਨਹੀਂ ਕੀਤੀ ਹੋਈ 10ਵੇਂ ਵਿੱਚ ਦੈਨ ਯੂ ਆਰ ਨਾਟ ਲੀਗਲ ਫਾਰ ਥਿਸ ਪੋਸਟ ਏਜ ਦਸੀ ਹੋਈ ਹੈ 37 ਸਾਲ 18 ਤੋਂ 37 ਸਾਲ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਬਾਕੀ ਇਹਦੇ ਵਿੱਚ ਮੈਂ ਤੁਹਾਨੂੰ ਇੰਪੋਰਟੈਂਟ ਗੱਲ ਦੱਸਦਾ ਜਿਹੜੀਆਂ ਊਮੈਨਸ ਨੂੰ 33% ਤੁਹਾਨੂੰ ਪਤਾ ਹੈ ਜਿਹੜਾ ਮਿਲਦਾ ਹੁੰਦਾ ਹੈ ਰਿਜ਼ਰਵ ਕੈਟਾਗਰੀ ਦਾ ਉਹ ਵੀ ਇਹਨਾਂ ਨੂੰ ਕੋਟਾ ਵੈਰਾ ਮਿਲਣਾ ਹੈ ਉਸ ਤੋਂ ਬਾਅਦ ਵੈਬਸਾਈਟ ਦੱਸੀ ਹੋਈ ਹੈ ਕਿਤੇ ਤੁਸੀਂ ਆਨਲਾਈਨ ਅਪਲਾਈ ਕਰਨਾ ਹੈ ਅਤੇ ਅਪਲਾਈ ਕਦੋਂ ਸਟਾਰਟ ਹੋਣੇ ਹੈ ਇਹ ਹੋਣੇ ਹੈ ਜੀ 27 ਤਰੀਕ ਨੂੰ ਆ ਮੈਂ ਜ਼ੂਮਿੰਗ ਕਰਕੇ ਦੱਸ ਇਹ ਹੋਣੀ ਹੈ 27 ਮਾਰਚ ਨੂੰ ਸਟਾਰਟ ਅਤੇ 5 ਅਪ੍ਰੈਲ ਨੂੰ ਇਹਨਾਂ ਦੀ ਜਿਹੜੀ ਕਲੋਜ਼ਿੰਗ ਹੋਣੀ ਹੈ ਫਾਰਮ ਸੀ ਤੁਸੀਂ ਦੇਖ ਵੀ ਸਕਦੇ ਹੋ ਮੈਂ ਥੋੜਾ ਛੋਟਾ ਕਰ ਦੇਣਾ ਇੱਥੋਂ ਆਹ ਵਾਲਾ ਪੁਆਇੰਟ ਐਕਸਪਲੇਨ ਕਰਦਾ ਹੈ ਲਾਸਟ ਡੇਟ ਫਾਰ ਫਿਲਿੰਗ ਆਨਲਾਈਨ ਅਪਲੀਕੇਸ਼ਨ ਫਾਰਮ 27 ਤਰੀਕ ਹੈ ਅਤੇ ਲਾਸਟ ਡੇਟ ਹੈ ਕਿਹੜੀ ਫੀਸ ਦੀ ਉਹ ਹੈ 5 4 2021 ਮੀਨ ਟੂ ਸੇ 27 ਤਰੀਕ ਤੱਕ ਤੁਸੀਂ 27 ਨੂੰ ਅਪਲਾਈ ਕਰਨਾ ਹੈ 27 ਤੋਂ ਲੈ ਕੇ ਠੀਕ ਹੈ 5 ਤਰੀਕ ਤੱਕ ਅਤੇ 5 ਨੂੰ ਤੁਹਾਡੀ ਜਿਹੜੀ ਫੀਸ ਹੈ ਉਹ ਬੈਂਕ ਦੇ ਵਿੱਚ ਪੇ ਹੋਣੀ ਚਾਹੀਦੀ ਇਹਨਾਂ ਦੀ ਫੀਸ ਆਫਲਾਈਨ ਹੁੰਦੀ ਹੈ ਆਨਲਾਈਨ ਨਹੀਂ ਹੁੰਦੀ ਮੈਂ ਤੁਹਾਨੂੰ ਦੱਸਦਾ ਠੀਕ ਹੈ ਜੀ ਇਹ ਸੀ ਪੂਰਾ ਇਹਨਾਂ ਦਾ ਜੋ ਇੱਕ ਇਹਨਾਂ ਨੇ ਇੱਕ ਲੈਟਰ ਪਾਇਆ ਸੀ ਜਾਂ ਕਹਿ ਲਓ ਤੁਸੀਂ ਇੱਕ ਪਬਲਿਕ ਨੋਟਿਸ ਪਾਇਆ ਸੀਗਾ ਰਿਗਾਰਡਿੰਗ ਯੂਜ਼ਰ ਮੈਨੂਅਲ ਜਿਹੜੀਆਂ 585 ਇਹਨਾਂ ਦੀ ਪੋਸਟਾਂ ਨਿਕਲੀਆਂ ਜੂਨੀਅਰ ਇੰਜੀਨੀਅਰਸ ਦੀਆਂ ਜਲਦ ਹੀ ਨਾ ਜਦੋਂ ਪੋਰਟਲ ਓਪਨ ਹੋਊਗਾ ਮੈਂ ਤੁਹਾਨੂੰ ਇੱਕ ਪ੍ਰੋਸੈਸ ਦੱਸਾਂਗਾ ਕਿੱਦਾਂ ਤੁਸੀਂ ਉਹਨਾਂ ਅਪਲਾਈ ਕਰਨਾ ਹੈ ਕਿਹੜੇ ਕਿਹੜੇ ਡਾਕੂਮੈਂਟਸ ਹੈ ਕਿਹੜੇ ਕਿਹੜੇ ਕੁਆਲੀਫਿਕੇਸ਼ਨ ਤੁਸੀਂ ਫਿਲ ਕਰਨੀਆਂ ਕੀ ਕੀ ਅਦਰ ਠੀਕ ਹੈ ਡਾਕੂਮੈਂਟਸ ਵੇ ਉਸ ਲਈ ਸਾਰਨਾ ਜੁੜੇ ਰਹੋ ਸਰੂਰ ਇਧਰ ਦੀਆਂ ਫੋਰਮ ਹੋਰ ਅਪਡੇਟਸ ਵਾਸਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਜ਼ਰੂਰ ਲਾਈਕ ਕਰਿਆ ਕਰੋ ਕਾਫੀ ਜ਼ਿਆਦਾ ਫਰੈਂਡਸ ਹਾਰਡਵਰਕ ਲੱਗਦਾ ਮੈਂ ਲੱਗਦੀ ਹੈ ਵੀਡੀਓਜ਼ ਨੂੰ ਬਣਾਉਣ ਵਾਸਤੇ ਸੋ ਫਰੈਂਡਸ ਇਸ ਦੇ ਰਿਗਾਰਡਿੰਗ ਹੋਰ ਕੋਈ ਵੀ ਕੁਰੀ ਜਾਂ ਕੁਐਸਚਨ ਹੁੰਦਾ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਸਾਨੂੰ ਪੁੱਛ ਸਕਦੇ ਹੋ ਸੋ ਥੈਂਕ ਯੂ ਫਰੈਂਡਸ ਫੋਰ ਯੂਅਰ ਵੈਲਿਊਅਬਲ ਟਾਈਮ